ਜੁਗੁ ਜੁਗਰ ਢਾਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم અપਾਰ ਬਖਸ਼ਿਸ਼ ਸੇਰ ਸਮੇਂ ਦੇ ਨਾਮ ਪਾਵਨ ਦੀਵਾਨਾ ਵਿੱਚ ਅਸੀਂ ਹਾਜ਼ਰੀ ਲਵਾ ਰਹੇ ਹਾਂ ਵੱਡ ਭਾਗੀਆਂ ਗੁਰੂ ਹਜ਼ੂਰੀ ਨੂੰ ਮੰਨਦੇ ਹਾਂ ਅੰਮ੍ਰਿਤ ਵੇਲੇ ਦੀ ਪਾਵਨ ਰਚਨਾ ਨਿਤਨੇਮੀ ਰਚਨਾ ਆਸਾ ਕੀ ਵਾਰ ਉਸ ਦਾ ਸੰਪੂਰਨ ਕੀਰਤਨ ਹੋਇਆ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦੇ ਗੁਰਬਚਨ ਗੁਰਵਾਕ ਅਸੀਂ ਸਰਵਨ ਕੀਤੇ ਪਾਵਨ ਗੁਰਵਾਕਾਂ ਦਾ ਪਾਠ ਅਸੀਂ ਸਰਵਨ ਕਰ ਲਿਆ ਹੈ ਹੁਣ ਬਣਦੇ ਸਮੇਂ ਮੁਤਾਬਕ ਇਹਨਾਂ ਗੁਰਬਚਨਾਂ ਦੀ ਅਸੀਂ ਵਿਆਖਿਆ ਕਰਾਂਗੇ ਆਓ ਮਰਿਆਦਿਤ ਢੰਗ ਦੇ ਨਾਲ ਵਿਚਾਰ ਪ੍ਰਾਰੰਭ ਕਰੀਏ ਸਭ ਤੋਂ ਪਹਿਲਾਂ ਦਾਸ ਤੁਹਾਰਾ ਬੁਲਾਈ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਗੁਰੂ ਹੁਕਮ ਰਾਗ ਸੂਰਠ ਦਾ ਹਿੱਸਾ ਹੈ ਮਹਲਾ ਨੌਵਾ ਧਨ ਗੁਰੂ ਤੇ ਇੱਕ ਬਾਹਤਰ ਪਾਤਸ਼ਾਹ ਨਾਨਕ ਜੋਤ ਦਾ ਨੌਵਾਂ ਜਾਮਾ ਨੌਵੇਂ ਜਾਨਸ਼ੀਨ ਇਸ ਬਚਨ ਨੂੰ ਉਚਾਰ ਰਹੇ ਨੇ ਦੋ ਪਦਿਆਂ ਦਾ ਵਾਕ ਹੈ ਪਹਿਲੀਆਂ ਹੀ 17 ਰਹਾਉ ਦੀਆਂ 17 ਨੇ ਜਿਨ੍ਹਾਂ ਵਿੱਚ ਸਬਦ ਦਾ ਮੇਨ ਆਈਡੀਆ ਜਾਂ ਮੁੱਖ ਸੁਨੇਹਾ ਹੈ ਗੁਰਦੇਵ ਜ਼ਿਕਰੇ ਕਰਦੇ ਨੇ ਮਨ ਰੇ ਕੌਨ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਅਰਸ ਰਚਿਓ RAM ਭਗਤ ਨਹਿ ਕੀਨੀ ਮਨ ਰੇ ਕੌਨ ਕੁਮਤ ਤੈ ਲੈਨੀ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਜਦੋਂ ਸੀ ਥੋੜਾ ਵਿਸਥਾਰ ਦੇ ਵਿੱਚ ਤੇ ਬੜੇ ਡਿਟੇਲਡ ਵੇ ਦੇ ਨਾਲ ਪੜਦੇ ਆ ਥੈਨ ਸਾਨੂੰ ਪਤਾ ਲੱਗਦਾ ਹੈ ਕਿ ਬਾਬਾ ਜੀ ਸਾਨੂੰ ਇਹ ਬਿਆਨ ਕਰਦੇ ਨੇ ਕਿ ਜਿਹੜੀ ਮਤਿਆ ਇਹੀ ਬੰਦੇ ਦੀ ਸਭ ਤੋਂ ਵੱਡੀ ਦਾਹਲਤ ਹੈ ਬੰਦੇ ਦੇ ਕੋਲ ਹੋਰ ਸਭ ਕ੍ਰੀਚਰ ਵਰਲਡ ਜਿਤਨਾ ਪਸ਼ੂ ਪੰਛੀ ਪਰਿੰਦੇ ਜਾਨਵਰ ਕੀਟ ਮਕੋੜ ਆ ਸਭ ਤੇ ਨਾਲੋਂ ਜਿਹੜੀ ਇੱਕ ਚੀਜ਼ ਉਮਦਾ ਆ ਉਹ ਹੈਗੀ ਹੈ ਮਤ ਜੇ ਬੰਦੇ ਦੀ ਮਤ ਉਥੇ ਕੋਲੋਂ ਖੋਹ ਲਈ ਜਾਏ ਤੇ ਬੰਦਾ ਬੰਦਾ ਪਸ਼ੂਆਂ ਤੋਂ ਵੀ ਬੱਦਤਰ ਹੈ ਪਰ ਇਹ ਵੀ ਮੰਨਿਆ ਗਿਆ ਕਿ ਇਹ ਮਤ ਕਮਾਉਣੀ ਵੀ ਪੈਂਦੀ ਹੈ ਤੇ ਕੁਦਰਤ ਇਹਦੇ 'ਚ ਆਪਣੇ ਤੌਰ ਤੇ ਸਾਨੂੰ ਨਿਵਾਜਦੀ ਵੀ ਹੈ ਇਹਨਾਂ ਦੋਨਾਂ ਰੂਪਾਂ ਨੂੰ ਬਾਣੀ ਨੇ ਜਿਹੜਾ ਸਾਡੇ ਸਾਹਮਣੇ ਸਹਜ ਹੈ ਸਾਨੂੰ ਮੱਤ ਮਿਲੇ ਇਸ ਕਰਕੇ ਸੀ ਕਿਵੇਂ ਗੁਰਦੁਆਰਾ ਸਾਹਿਬ ਉਹਨੇ ਆ ਧਰਮ ਕਰਮ ਵਿੱਚ ਆਪਣੇ ਆਪ ਨੂੰ ਪ੍ਰਵਿਰਤ ਕਰਦੇ ਹਾਂ ਇਕੱਲਾ ਕਿਸਮ ਦੀ ਐਕਸਰਸਾਈਜ਼ ਕਰਦੇ ਹਾਂ ਕਿਉਂਕਿ ਇਹ ਮੱਤ ਕੁਦਰਤ ਦੀ ਸਭ ਤੋਂ ਵੱਡੀ ਸਾਡੇ ਵਾਸਤੇ ਇੱਕ ਨਿਯਾਮਤ ਹੈ ਰੇ ਵੀ ਹੈ ਕਿਆ ਗਿਆ ਦਾਨੇ ਲੋਕਾਂ ਦੁਆਰਾ ਜੇ ਮਤ ਪੱਲੇ ਵਿੱਚ ਹੋਏ ਕੁਝ ਹੋਏ ਤੇ 12ਵਾਂ ਵੀ ਬੰਦਾ ਕਮਾ ਲੈਂਦਾ ਜੇ ਕੋਲ ਮਤ ਨਾ ਹੋਏ ਤੇ ਕਹਿੰਦੇ ਬਾਹਰੋਂ ਕੋਈ ਦੇਣਾ ਵੀ ਚਾਹੇ ਤੇ ਲੈ ਨਹੀਂ ਪਾਉਂਦਾ ਬੰਦਾ ਇਸ ਕਰਕੇ ਮਹਾਰਾਜ ਨੇ ਕਿਹਾ ਤੂੰ ਅਰਦਾਸ ਕਰਿਆ ਕਰ ਕਿ ਮਾਲਕ ਤੂੰ ਬੜਾ ਬੇਅੰਤ ਹੈ ਬੜਾ ਵੱਡਾ ਆ ਬੜਾ ਅਗਮ ਅਪਾਰ ਹੈ ਮੇਰੇ ਵਾਸਤੇ ਕਿਉਂ ਕਿਉਂਕਿ ਤੂੰ ਮਤ ਦਾ ਮਾਲਕ ਹੈ ਤੂੰ ਮਤ ਦੇ ਖਜ਼ਾਨੇ ਦੀ ਚਾਬੀ ਲੈ ਕੇ ਬੈਠਾ ਹੈ ਤੂੰ ਸਮਰਥ ਵੱਡਾ ਮੇਰੀ ਮਤ ਥੋੜੀ RAM ਮੈਂ ਥੋੜੀ ਮਤ ਦਾ ਮਾਲਕ ਹਾਂ ਜੇ ਤੂੰ ਤਰਸ ਕਰੇ ਤੇ ਹੋ ਸਕਦਾ ਹੈ ਕੁਝ ਮਤ ਤੇਰੇ ਕੋਲੋਂ ਮੈਨੂੰ ਆ ਜਾਏ ਕੁਝ ਮਿਲ ਜਾਏ ਸੋ ਇਹ ਮੰਨਿਆ ਗਿਆ ਮਤ ਰੱਬ ਜੀ ਬਖਸ਼ਦਾ ਆ ਪਰ ਬਖਸ਼ਦਾ ਉਦੋਂ ਜਦੋਂ ਬੰਦਾ ਮਤ ਕਮਾਣ ਲਈ ਤਿਆਰ ਹੋ ਜਾਂਦਾ ਹੈ ਜੋ ਕਮਾਣ ਲਈ ਤਿਆਰ ਹੋ ਜੇ ਤੇ ਉਹ ਨਵਾਜਣ ਲਈ ਤਿਆਰ ਹੋ ਜਾਂਦਾ ਬਾਣੀ ਇਹ ਵੀ ਕਹਿੰਦੀ ਹੈ ਸਰੂਪ ਦੇ ਵਿੱਚ ਇਹਦੇ ਅੰਦਰ ਮਨ ਦਾ ਵੱਡਾ ਰੋਲ ਹੈ ਇੱਥੇ ਸਾਰੀ ਗੱਲ ਮਤਲਬ ਇੱਕ ਸਾਡੀ ਕੌਂਸ਼ੀਅਸ ਚੇਤਨਾ ਮਨ ਤੇ ਮਤ ਦੇ ਦਰਮਿਆਨ ਇੱਕ ਗੱਲਬਾਤ ਕਰ ਰਹੀ ਹੈ ਸਾਰੇ ਸ਼ਬਦ ਦੇ ਵਿੱਚ ਬਾਬਾ ਜੀ ਬਿਆਨ ਨਹੀਂ ਕਰ ਰਹੇ ਨੇ ਕਿ ਮਨ ਰੇ ਹੇ ਮੇਰੇ ਮਨਾ ਉਹ ਮੇਰੇ ਮਨਵਾ ਜਿਹਨੂੰ ਅਸੀਂ ਕਹਿੰਨੇ ਆ ਸਾਡੀ ਜਿਹੜੀ ਸਾਈਕੀ ਹੈ ਜਿਹੜਾ ਸਾਡਾ ਸਾਈਕੋਲੋਜੀਕਲ ਵਰਲਡ ਹੈ ਆ ਮਨਰੇ ਕੌਣ ਕੁਮਤ ਤੈ ਲੈਣੀ ਤੂੰ ਕਿਸ ਤਰ੍ਹਾਂ ਦੀ ਕੁਮਤ ਧਾਰਨ ਕਰ ਲਈ ਹੈ ਕਿਸ ਤਰ੍ਹਾਂ ਦੀ ਮਤ ਤੋਂ ਭਾਂਜ ਪਾਉਣ ਵਾਲੀ ਇੱਕ ਸੋਚ ਅਪਣਾ ਲਈ ਹੈ ਮਨ ਦੇ ਨਾਲ ਕੱਲਾ ਇੱਥੇ ਐਡਰੈਸ ਨਹੀਂ ਕੀਤਾ ਬਾਣੀ ਚ ਵਾਰ-ਵਾਰ ਆਉਂਦਾ ਆ ਅਸੀਂ ਮਹਾਰਾਜ ਦੇ ਸ਼ਬਦ ਪੜ੍ਹਦੇ ਆ ਬਾਬਾ ਜੀ ਕਹਿੰਦੇ ਇਸ ਮੰਨ ਨੂੰ ਵੀ ਬਦਲਣਾ ਤਾਂ ਜਾ ਕੇ ਮਤ ਕੁ ਮਤ ਤੇ ਨੂੰ ਪਰਖ ਪਤਾ ਲੱਗੇ ਕਿ ਅਦਰਵਾਈਜ਼ ਇੱਕ ਕੁਮਤ ਨੂੰ ਮਤ ਸਮਝ ਕੇ ਧਾਰਨ ਕਰੀ ਜਾਏਗਾ ਮਤਲਬ ਆਲੇ ਦੁਆਲੇ ਤੋਂ ਅਸੀਂ ਜੋ ਚੀਜ਼ ਪਰਸੀਵ ਕਰਦੇ ਆ ਉਹ ਵੀ ਆਪਣੀ ਸੋਚ ਮੁਤਾਬਕ ਹੀ ਕਰਦੇ ਆ 10 ਗੱਲਾਂ ਕਿਸੇ ਨੇ ਕਹੀਆਂ ਦੋ ਮਾੜੀਆਂ ਸੀ ਅੱਠ ਚੰਗੀਆਂ ਸੀ ਅੱਠ ਚੰਗੀਆਂ ਛੱਡਦੀਆਂ ਦੋ ਮਾੜੀਆਂ ਫੜ ਲਈਆਂ ਵਾਟ ਇਜ਼ ਥਿਸ ਇਹ ਕੀ ਹੈ ਮਨ ਦਾ ਸਾਰੇ ਦਾ ਸਾਰਾ ਇੱਕ ਵਾਬ ਲੈਵਾ ਆ ਸਭ ਨੇ ਬਾਣੀ ਚ ਕਿਹਾ ਲੈ ਮੈਂ ਤੈਨੂੰ ਮਨ ਬਣਾਉਣ ਦੀ ਵੀ ਜਾ ਸਿਖਾਉਣਾ ਕੱਲੀ ਮਤ ਨਹੀਂ ਗਈ ਮਨ ਵੀ ਬਣਾ ਸਕਣਾ ਤੂੰ ਮਨ ਵੀ ਬਦਲ ਸਕਣਾ ਤੂੰ ਕਿਵੇਂ ਮਹਾਰਾਜ ਸ਼ਬਦ ਆ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰ ਕੈ ਦਰਸ਼ਨ ਸੰਚੋ ਹਰ ਤਨ ਊਤਮ ਮਤ ਮੇਰੇ ਹਿਰਦੇ ਤੂੰ ਆਓ ਮਤਲਬ ਕੀਆ ਕਮਾਲ ਇੱਕ ਤੋਂ ਇੱਕ ਬਚਨ ਹੈ ਬਾਣੀ ਦਾ ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਬਣਾਵੋ ਇਹ ਮਨ ਇਸ ਨੂੰ ਮਸਾਲੀ ਤੌਰ ਤੇ ਜੇ ਸਮਝਣਾ ਹੋਏ ਤੇ ਇਸ ਤਰ੍ਹਾਂ ਜਾਣੋ ਅਸੀਂ ਪੰਜਾਬ ਦੀ ਫਿਜ਼ਾਂ ਦੇ ਵਿੱਚ ਰਹੇ ਹਾਂ ਤੇ ਉੱਥੇ ਜਿਵੇਂ ਕੈਨੇਡਾ ਚ ਲੰਬਾ ਸਮਾਂ ਠੰਡ ਰਹਿੰਦੀ ਹੈ ਮਤਲਬ ਹੁਣ ਜਿਵੇਂ ਗਰਮੀ ਆ ਰਹੀ ਹੈ ਪਰ ਮੜ ਜੀ ਠੰਡੀ ਹਵਾ ਚੱਲੇ ਤੇ ਜੈਕਟ ਸਾਡੀਆਂ ਜੈਕਟਾਂ ਬਾਹਰ ਆ ਜਾਂਦੀਆਂ ਨੇ ਰਾਈਟ ਹੈ ਕਿਉਂਕਿ ਕਿਉਂਕਿ ਇਹ ਸਾਰਾ ਜਿਹੜਾ ਨਾਰਥ ਪੋਲ ਵੱਲ ਨੂੰ ਇਹ ਲੈਂਡ ਐ ਸਾਰੀ ਤੇ ਉਸੇ ਕਰਕੇ ਤੇ ਠੰਡ ਜ਼ਿਆਦਾ ਰਹਿੰਦੀ ਹੈ ਮੁਕਾਬਲ ਤਨ ਜਿਹੜਾ ਜਿਵੇਂ ਇੰਡੀਆ ਦਾ এনवायरमेंट ਆ ਉਹ ਗਰਮ ਐਂਡ ਡਰਾਈ ਹੈ ਉਹਦੇ ਵਿੱਚ ਮੋਸਟਲੀ ਗਰਮੀ ਜ਼ਿਆਦਾ ਰਹਿੰਦੀ ਹੈ ਤੇ ਗਰਮੀ ਜ਼ਿਆਦਾ ਰਹਿਣ ਕਰ ਕਿਹੜਾ ਰਹਿਣ ਸਹਿਣ ਹੈ ਉੱਥੇ ਉਹਦੇ ਮੁਤਾਬਕ ਕੀ ਕਿਉਂਕਿ ਅਸੀਂ ਫਿਟ ਇਨ ਹੋ ਸਕਦੇ ਆ ਤੇ ਉਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਇੱਥੇ ਅਸੀਂ ਗਦੇਲੇ ਲਾ ਕੇ ਤੇ ਮੋٹے ਕੱਪੜੇ ਤੇ ਕੰਬਲ ਤੇ ਇਹੋ ਜਿਹੀ ਸਾਡੀ ਇੱਕ ਜੀਵਨ ਦਾਇਕ ਹਿੱਸਾ ਹੈਗਾ ਉੱਥੇ ਜੇ ਅਸੀਂ ਦੇਖੀਏ ਟ੍ਰੈਡੀਸ਼ਨਲ ਵੇ ਦੇ ਨਾਲ ਤੇ ਉੱਥੇ ਇਵਨ ਜੇ ਮਤਲਬ ਕੋਈ ਕਹੇ ਲੋਕ ਕਿ ਬੈੱਡ ਵੀ ਚਾਹੀਦਾ ਤੇ ਉਹ ਵੀ ਉਹ ਚਾਹੀਦਾ ਜਿਹਦੇ ਵਿੱਚ ਹਵਾ ਪਾਸ ਹੋ ਸਕੇ ਸੋਸ ਨੇਟਿਵ এনवायरमेंट ਦੇ ਸਭ ਤੋਂ ਬੈਸਟ ਫਿਟ ਸੀਗਾ ਮੰਝਾ ਮੰਝੇ ਦੇ ਵਿੱਚ ਕੀ ਹੈ ਕਿ ਤੁਸੀਂ ਜਿਹੜਾ ਉਹਦੇ ਵਿੱਚ ਡੈਫੀਨਿਟਲੀ ਉਹਦੇ ਤੇ ਤੁਸਨ ਸਰੀਰ ਨੂੰ ਆਰਾਮ ਤੇ ਮਿਲਦਾ ਪਰ ਉਹਦੇ ਵਿੱਚ ਹਵਾ ਪਾਸ ਆਨ ਹੁੰਦੀ ਮਤਲਬ ਜੇ ਉਹ ਉਸ ਤਰੀਕੇ ਨਾਲ ਦੇਖਿਆ ਜਾਏ ਤੇ ਮੰਝੇ ਜਿਆਦਾਤਰ ਲੋਕੀ ਵਾਣ ਦੇ ਮੁੰਜ ਦੀ ਵਾਣ ਦੇ ਬੁਣਦੇ ਹੁੰਦੇ ਸੀਗੇ ਤੇ ਆਪ ਨੂੰ ਦੇ ਆਪਨੇ ਜਰੂਰ ਮੰਜੇ ਬੁਣੇ ਵੀ ਹੋਣਗੇ ਆ ਬੁਣਦਿਆਂ ਨੂੰ ਦੇਖਿਆ ਹੋਵੇਗਾ ਇਸ ਰੂਪ ਦੇ ਵਿੱਚ ਤੁਦ ਵਿੱਚ ਹੁੰਦਾ ਇਹ ਸੀਗਾ ਕਿ ਜਦੋਂ ਮੰਜਾ ਬੁਣਿਆ ਜਾਂਦਾ ਉਦੋਂ ਇੱਕ ਬੰਤਰ ਹੁੰਦੀ ਸੀਗੀ ਜੋ ਬੰਤਰ ਬੁਣ ਕੇ ਤੇ ਬੁਣ ਦਿੱਤਾ ਮਗਰ ਡਿਪੈਂਡ ਕਰਦਾ ਜੇ এনवायरमेंट ਦੇ ਵਿੱਚ ਜਾਂ ਵੈਦਰ 'ਚ ਥੋੜੀ ਜੀ ਮੌਇਸਚਰ ਵਧ ਗਿਆ ਘਟ ਗਿਆ ਜਾਂ ਉਸ ਜਿਹੜਾ ਵਾਣ ਲਿਆਂਦਾ ਸੀਗਾ ਉਹਦੇ ਵਿੱਚ ਮੋਇਸਚਰ ਵੱਧ ਘੱਟ ਹੋ ਗਿਆ ਤੇ ਉਹ ਬੁਣਿਆ ਹੋਇਆ ਥੋੜੇ ਦਿਨਾਂ ਦੇ ਵਿੱਚ ਟਿੱਲਾ ਹੋ ਜਾਂਦਾ ਜਦੋਂ ਟਿੱਲਾ ਹੋ ਜਾਂਦਾ ਤੇ ਹੁਣ ਉਹਦੇ ਉੱਤੇ ਪੈਣਾ ਵੀ ਸੁਖਦਾ ਹੀ ਨਹੀਂ ਹੁੰਦਾ ਤੇ ਫਿਰ ਕੱਲਾ ਇਹੀ ਨਹੀਂ ਉਹਦੇ ਟੁੱਟ ਜਾਣ ਦੀ ਵੀ ਸੰਭਾਵਨਾ ਛੇਤੀ ਹੁੰਦੀ ਕਿਉਂਕਿ ਜਦੋਂ ਉਹ ਲਟਕ ਗਿਆ ਤੇ ਫਿਰ ਜਿਹੜੇ ਸਿਆਣੇ ਲੋਕ ਹੁੰਦੇ ਸੀ ਉਹ ਕਹਿੰਦੇ ਸੀ ਇੱਕ ਕੰਮ ਕਰੋ ਇਸ ਨੂੰ ਨਾ ਉਦੇੜ ਲਵੋ ਉਦੇੜ ਕੇ ਦੁਬਾਰਾ ਬੁਣੋ ਦੁਬਾਰਾ ਪੂਰਾ ਕਸਮਾਂ ਬੁਣੋ ਤਾਂ ਕਿ ਇਹ ਸੁਖਦਾਈ ਹੋਏ ਤਾਂ ਕਿ ਇਹ ਵਧੀਆ ਹੋਏ ਪਹਿਲੀ ਬੰਦ ਫਿਰ ਕਿੱਡਣਾ ਕਹਿੰਦਾ ਹੈ ਕੰਮ ਕਰਦੇ ਇੱਕ ਸਾਈਡ ਤੋਂ ਖੋਦਣਾ ਸ਼ੁਰੂ ਕਰਦੇ ਆ ਤੇ 올 ਦਾ ਵੇ ਖੋਦੇ ਜਾਂਦੇ ਜਿੱਥੇ ਉਹ ਇਹ ਕ ਲੱਭ ਜੇਗਾ ਖੋਦ ਹੀ ਜਾਂਦੇ ਲੋ ਥੋੜਾ 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 ਕਰਕੇ ਅਖੀਰ ਆਲਮੋਸਟ ਸਾਰਾ ਖੇਤ ਜਿਹੜਾ ਹੈਗਾ ਉਹ ਖੋਦਨ ਦੇ ਨੇੜੇ ਪਹੁੰਚ ਜਾਂਦੇ ਨੇ ਤੇ ਉਹ ਸੋਨਾ ਤੇ ਲੱਭ ਹੀ ਨਹੀਂ ਉਹਨਾਂ ਨੂੰ ਥੋੜਾ ਜਿਹਾ ਰਹਿ ਗਿਆ ਏਰੀਆ ਇੱਕ ਦੋ ਜਣੇ ਖੋਦ ਰਿਹਾ ਕੋ ਦੋ ਜਣੇ ਉਹ ਸੇਖੇ ਦੇ ਬੰਨੇ ਬੈਠ ਕੇ ਵਟ ਤੇ ਬੈਠ ਕੇ ਰੋ ਰਹੇ ਨੇ ਪਿਤਾ ਜੀ ਵੀ ਮਰ ਗਏ ਚਲੇ ਗਏ ਸਾਨੂੰ ਧੋਖਾ ਵੀ ਦੇ ਗਏ ਸੋਨਾ ਕਹਿ ਗਏ ਸੀ ਹੈ ਨਹੀਂਗਾ ਹੈ ਹੁੰਦਾ ਤੇ ਲੱਭ ਜਾਂਦਾ ਹੈ ਕੀ ਬਣਿਆ ਆ ਕੋਈ ਸਿਆਣਾ ਬੰਦਾ ਕੋਲੋਂ ਨੰਗਿਆ ਉਹਨੇ ਕਿਹਾ ਕਿਉਂ ਰੋ ਰਹੇ ਹੋ ਕੀ ਹੋਇਆ ਕਹਿਣ ਲੱਗੇ ਜੀ ਪਿਤਾ ਜੀ ਧੋਖਾ ਕਰ ਗਏ ਨੇ ਸਾਰੀ ਗੱਲ ਸੁਣੀ ਉਹਨੇ ਉਹਨੂੰ ਸਮਝ ਆ ਗਈ ਉਹ ਕਹਿੰਦਾ ਕੋਈ ਧੋਖਾ ਨਹੀਂ ਕਰ ਕੇ ਗਏ ਖੇਤ ਬੜਾ ਸੋਨਾ ਗੋੜ ਦਿੱਤਾ ਤੁਸੀਂ ਮਸੋਂ ਛੋਟਾ ਜਿਹਾ ਕੰਮ ਹੋਰ ਕਰ ਲੈ ਕਣ ਆਜ ਐ ਕਹਿੰਦੇ ਹੈਗਾ ਆ ਫਸਲ ਬੀਜਣ ਦਾ ਟਾਈਮ ਐ ਅਨਾਜ ਲਿਆਓ ਮੈਂ ਤੁਹਾਡੀ ਹੈਲਪ ਕਰਦਾ ਤੁਸੀਂ ਇੱਥੇ ਦਾਣੇ ਸੱਡੋ ਇਹਨੂੰ ਇੱਕ ਵਾਰੀ ਹੋਰ ਵਾਪਸੀ ਦੇ ਥੋੜਾ ਥੋੜਾ ਹੋਰ ਗੋੜ ਦਿਓ ਉਹਨੇ ਗਾਈਡ ਕੀਤਾ ਉਹਨੇ ਗੋੜ ਦਿੱਤਾ ਕੋਈ ਦਿਨ ਪਏ ਫਸਲ ਉੱਗ ਗਈ ਮੀਂਹ ਪਿਆ ਜਿਹੇ ਬਰਾਨੀ ਫਸਲ ਹੁੰਦੀ ਸੀ ਉਸ ਸੀਜ਼ਨ ਬੜਾ ਲੱਗਾ بڑے ਵੱਡੇ ਬੋਣ ਲੱਗ ਗਏ ਉਹ ਕੋਈ 6 ਮਹੀਨੇ ਬਾਅਦ ਵਾਪਸ ਆਇਆ ਤੇ ਉਹ ਕਹਿਣ ਲੱਗਾ ਦੇਖੋ ਏਡੇ ਏਡੇ ਵੱਡੇ ਬੋਲ ਕਹਿੰਦਾ ਇਹ ਸੋਨਾ ਸੀਗਾ ਖੈਰ ਜਦੋਂ ਉਹਨਾਂ ਕਹਿੰਦੇ ਪਈ ਹੀ ਸੋਨਾ ਸੀਗਾ ਤੇ ਫਿਰ ਉਹ ਕੋਈ ਹੋਰ ਸਿਆਣਾ ਬੰਦਾ ਸੀ ਉਹ ਕਹਿੰਦਾ ਨਹੀਂ ਸੋਨਾ ਇਹ ਨਹੀਂ ਸੀਗਾ ਅਸਲ ਵਿੱਚ ਸੋਨਾ ਪਿਤਾ ਦੀ ਗੱਲ ਸੀਗੀ ਜਿਹੜੀ ਸੋਨੇ ਤੱਕ ਪਹੁੰਚਾ ਗਈ ਜੇ ਉਹ ਉਸ ਚੀਜ਼ ਨੂੰ ਇਹ ਤਰਜੀਹ ਨਾ ਦਿੰਦੇ ਉਸ ਨੂੰ ਇੰਪੋਰਟੈਂਟ ਨਾ ਸਮਝਦੇ ਉਸ ਨੂੰ ਵੈਲਿਊ ਨਾ ਕਰਦੇ ਅਜਿ ਇਸ ਵੈਲਿਊਏਬਲ ਸਟੱਫ ਤੱਕ ਇਹਨਾਂ ਪਹੁੰਚਣਾ ਨਹੀਂ ਸੀਗਾ ਅਸਲ ਵਿੱਚ ਸਿੱਖਿਆ ਹੀ ਸੋਨਾ ਹੁੰਦੀ ਹੈ ਸ਼ਬਦ ਹੀ সোਨਾ ਆ ਸ਼ਬਦ ਹੀ ਖਜ਼ਾਨਾ ਆ ਜਿਸ ਨੂੰ ਮਾਪੇ ਕੋਈ ਸਿੱਖਿਆ ਦਿੰਦੇ ਬੱਚੇ ਨੂੰ ਵੈਲਿਊਏਬਲ ਨਾ ਲੱਗਦੀ ਹੋਏਗਾ ਕਿ ਜੋ ਸਿੱਖਿਆ ਦੇ ਵਿੱਚ ਅਸੀਸ ਪਈਏ ਬਖਸ਼ੀਸ਼ ਪਈਏ ਜੋਦ ਚ ਸਾਰਾ ਪੁਰਦਾ ਪੂਰਨ ਦਾ ਭਵਿੱਖ ਪਿਆ ਆ ਉਹ ਨਹੀਂ ਪਕੜਿਆ ਜਾਏਗਾ ਟੀਚਰ ਬੱਚੇ ਨੂੰ ਕੋਈ ਸਿੱਖਿਆ ਦਿੰਦਾ ਤੇ ਬੱਚਾ ਕਹਿੰਦਾ ਯੂ ਨੋ ਇਟਸ ਨੋਟ ਇੰਪੋਰਟੈਂਟ ਫਾਰ ਮੀ ਠੀਕ ਹੈ ਭਾਈ ਇਸ ਤਰ੍ਹਾਂ ਕਹਿ ਲੋ ਆਪਾਂ ਬਹੁਤ ਹੋਰ ਬਹੁਤ ਸਾਰੀਆਂ ਕਹਾਣੀਆਂ ਪੜਦੇ ਆ ਲੋਕ ਕਹਿੰਦੇ ਪਾਰਸ ਆ ਇੱਕ ਐਸਾ ਹੀ ਤਾਤ ਆ ਜਿਸ ਮੈਟਲ ਨੂੰ ਛੂੰਦਾ ਸੋਨਾ ਬਣਾ ਦਿੰਦਾ ਕਿਸੇ ਨੇ ਪਾਰਸ ਨਹੀਂ ਵੇਖਿਆ ਪਾਰਸ ਸ਼ਬਦ ਹੈ ਪਾਰਸ ਕਿਹ ਹੈ ਪਾਰਸ ਸੋਚਿਆ ਪਾਰਸ ਸੁਹਜ ਹੈ ਪਾਰਸ ਇੱਕ ਐਸੀ ਇੰਟੈਲੈਕਚੁਅਲ ਟਾਕ ਹੈ ਆ ਜਿਹੜੀ ਕਿਸੇ ਵਾਸਤੇ ਕੋਈ ਬੋਲਦਾ ਦੂਜਾ ਉਸ ਨੂੰ ਉਸ ਲੈਵਲ ਤੇ ਗ੍ਰੈਬ ਕਰ ਲੈਂਦਾ ਤੇ ਉਸ ਨੂੰ ਐਗਜ਼ੀਕਿਊਟ ਕਰ ਲੈਂਦਾ दैट मींस ਪਾਵਰ ਇਸ ਹੈਪਨਿੰਗ ਮੇਰੇ بڑے ਬੱਚੇ ਛੋਟੇ ਵੀਰ ਨੇ ਦੋ ਇੱਥੇ ਪਿਆਰੇ ਸਟੂਡੈਂਟ ਆਏ ਆਇਤੋਂ ਕੋਈ 10 ਸਾਲ ਪਹਿਲਾਂ ਬੈਰੀ ਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਵਿੱਚ ਆ ਕੋਈ ਬਿਜ਼ਨਸ ਰਿਲੇਟਿਡ ਪ੍ਰੋਗਰਾਮ ਸੀਗਾ ਸਾਡੇ ਖੋਰ ਬੜੇ ਵੀਰ ਪਿਆਰੇ ਵੀਰ ਨੇ ਉਹਨੂੰ ਮਿਲੇ ਉਹਨੂੰ ਪੁੱਛ ਦੇ ਆ ਪ੍ਰੋਗਰਾਮ ਲੈ ਕੇ ਆਏ ਵੀਰ ਜੀ ਠੀਕ ਹੈ ਉਹ ਕਹਿੰਦੇ ਨਾ ਬੱਚੇ ਠੀਕ ਨਹੀਂ ਗਾ ਇਹਦੇ ਚ ਕੀ ਕਰੋਗੇ ਤੁਸੀਂ 2 ਸਾਲ ਦਾ ਬਿਜ਼ਨਸ ਦਾ ਕੋਰਸ ਕਰਕੇ ਇੱਕ ਆਫਿਸ ਐਡਮਿਨਿਸਟ੍ਰੇਟਿਵ ਦੀ ਜੌਬ ਵਗੈਰਾ ਲੱਭਦੇ ਫਿਰੋਗੇ ਨਾ ਪੀਆਰ ਹੋਏਗੀ ਨਾ ਕੈਰੀਅਰ ਬਣੇਗਾ ਕਹਿੰਦੇ ਫਿਰ ਕੀ ਕੀਤਾ ਜਾਏ ਕਹਿੰਦਾ ਕੋਈ ਔਨ ਹੈਂਡ ਕੋਰਸ ਹੈਗਾ ਉਹ ਲੈ ਲਓ ਕਿਹੜਾ ਕੋਰਸ ਲਈਏ ਐਚ ਵੈਕ ਦਾ ਲੈ ਲਓ ਤੂੰ ਕਹਿੰਦੇ ਪਹਿਲੇ ਨਿਆਣੇ ਨਹੀਂ ਸੀਗੇ ਮੈਨੂੰ ਦੱਸਦੇ ਕਹਿੰਦੇ ਇਹੋ ਜਿਹਾ ਮੈਂ ਹਜ਼ਾਰਾਂ ਨਿਆਣਿਆਂ ਨੂੰ ਮਿਲਿਆ ਉਹ ਜਿਹਨਾਂ ਨੂੰ ਕਿਆ ਹੋਏਗਾ ਕਿਸੇ ਨੇ ਮੈਂ ਵੀ ਸੋਚਿਆ ਇਹਨਾਂ ਨਾਲ ਗੱਲ ਸੁਣਨੀ ਹੈ ਤੇ ਚਲੋ ਮੈਂ ਮੇਰਾ ਫਰਜ ਦੱਸਣਾ ਮੈਂ ਦੱਸ ਦੇਣਾ ਉਹ ਕਹਿੰਦੇ ਜੀ ਐਚ ਵੈਕ ਦਾ ਕਹਿੰਦੇ ਠੀਕ ਹੈ ਜੀ ਲੈ ਲੈਣਿਆ ਉਹ ਰਾਈਟ ਵੇ ਉਹਨਾਂ ਦੇ ਨਾਲ ਕਾਲਜ ਨੇ ਸਟ੍ਰਿੱਟ ਨਹੀਂ ਸੀ ਗਏ ਆਪਣੇ ਇੰਸਟ੍ਰਕਟਰ ਕੋਲ ਗਏ ਉਹ ਕਹਿੰਦੇ ਬੀ ਐਚ ਵੈਕ ਇਜ਼ ਨਾਟ ਅਵੇਲੇਬਲ ਇਨ ਥਿਸ ਸੈਕਚੁਅਲੀ ਸੈਮਿਸਟਰ ਬਟ ਵਨ ਅਨਦਰ ਕੋਰਸ ਇਜ਼ ਅਵੇਲੇਬਲ ਵਾਟ ਵਾਟ ਇਜ਼ 댓 ਕੋਰਸ ਪਲਮਰ ਓਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀਰ ਜੀ ਆ ਤ ਅਵੇਲੇਬਲ ਨਹੀਂ ਹੈਗਾ ਆ ਬਲੋ ਕਹਿੰਦੇ ਕਿ ਇਟਸ ਓਕੇ ਐਸ ਲੌਂਗ ਐਸ ਇਟਸ ਓਨ ਹੈਂਡ ਐਕਸਪੀਰੀਅੰਸ ਐਂਡ ਯੂ ਆਰ ਗੈਟਿੰਗ ਸਮ ਸੋਰਟ ਆਫ ਸਕਿਲਸ ਐਂਡ ਯੂ ਆਰ ਐਕਚੁਅਲੀ ਰੈਡ ਗੈਟਿੰਗ ਰੈਡੀ ਫਾਰ ਦਾ ਲੇਬਰ ਮਾਰਕੀਟ ਦਨ ਗੋ ਹੈਡ ਠੀਕ ਹੈ ਜੀ 2 ਸਾਲ ਦਾ ਕੋਰਸ ਡਿਪਲੋਮਾ ਉਹ ਲੈ ਲਿਆ ਲੱਗ ਗਏ ਤੇ ਹੋਇਆ ਕਿ ਜਿਨ੍ਹਾਂ ਨੇ ਦੂਜੇ ਕੋਰਸਸ ਲਏ ਸੀਗੇ ਉਹ ਮਜ਼ਾਕ ਕਰਨ ਆ ਪਾਗਲ ਕਹਿੰਦੇ ਕੱਪੜੇ ਮਿੱਟੀ ਲੈ ਉਹ ਜਿਹੜਾ ਇਨਸਟ੍ਰਕਟਰ ਹੈਗਾ ਉਹ ਨਾਲ ਥਿਉਰੀ ਕਰੇ ਕੁਝ ਪ੍ਰੈਕਟੀਕਲ ਕਰਾਏ ਕਿਤੇ ਹੱਥਾਂ ਨਾਲ ਡਿੱਗ ਕਰ ਰਹੇ ਨੇ ਗਰਾਊਂਡ ਕਿਤੇ ਪਾਈਪਾਂ ਨਾਲ ਹੱਥ ਕਾਲੇ ਕਰ ਰਹੇ ਨੇ ਆਲ ਥੀਸ ਥਿੰਗਸ ਵਰ ਹੈਪਨਿੰਗ ਬਟ ਸਟਿਲ ਦੇ ਹੈਵ ਅ ਬਲੀਵ ਵਾਟ ਬਲੀਵ ਥੈਟ ਸਮਵਨ ਹੈਵ ਟੋਲਡ ਅਸ ਥਿਸ ਇਜ਼ ਗੋਨਾ ਬੀ ਐਕਚੁਅਲੀ ਗ੍ਰੇਟ ਥਿੰਗ ਫਾਰ ਯੂ ਆਰ ਫਾਰ ਫਾਰ ਯੂ ਹੋਇਆ ਕਿ 2 ਸਾਲ ਦਾ ਬਸ ਡਿਪਲੋਮਾ ਹੀ ਕੀਤਾ ਰਾਈਟ ਵੇ ਜਿਹਦੇ ਨਾਲ ਕਿਸੇ ਅਪ੍ਰੈਂਟਿਸ ਲਈ ਜਾਂਦੇ ਸੀਗੇ ਉਹਨੇ ਜੌਬ ਦੇ ਦਿੱਤੀ ਸਾਲ ਦੇ ਚ ਪੀਆਰ ਦੇ ਕੇਸਸ ਲੱਗੇ ਦੋ ਸਾਲਾਂ ਦੇ ਬਾਅਦ ਅੱਜ ਆਈ ਜੇ ਮੈਂ ਉਸ ਰੂਪ ਵਿੱਚ ਬਾਤ ਕਹਾ ਤੇ ਜਿਹੜੇ ਮਿਲੀਅਨਸ ਦੇ ਨੰਬਰ ਹੁੰਦੇ ਨੇ ਇਹ ਉਹਨਾਂ ਲਈ ਛੋਟੇ ਹੋ ਗਏ ਨੇ ਲੈਸ ਦਨ 10 ਇਅਰਸ ਇਹ ਖਜ਼ਾਨਾ ਹੋਰ ਕੀ ਹੈ ਹੋਰ ਖਜ਼ਾਨਾ ਕੋਈ ਥੋੜਾ ਕੀ ਬੰਦਾ ਕਹਿੰਦੇ ਖਜ਼ਾਨਾ ਲਾਟਰੀ ਲੱਗੇਗੀ ਵਾਟ ਵਾਟ ਟੈਲਸ ਇਟ ਗੈਂਬਲਿੰਗ ਦੇ ਵਿੱਚੋਂ ਤੇ ਕਦੀ ਘਰ ਨਹੀਂ ਬਣਿਆ ਕਿਸੇ ਦਾ ਉਹ ਤੇ ਬਾਜੀ ਹੈ ਹਾਂ ਜੇ ਕੋਈ ਕਿਸੇ ਸੋਲਿਡ ਸਿੱਖਿਆ ਦੇ ਟਰੈਕ ਤੇ ਤੁਰ ਪਵੇ ਤੇ ਤੋਰਦਾ ਹੋਰ ਕੋਈ ਨਹੀਂ ਮੰਨ ਹੈ ਮਨ ਮਨ ਬਣਾਉਣਾ ਪੈਂਦਾ ਹੈ ਕੁਦਰਤ ਬਣਾਉਣ ਦਾ ਮੌਕਾ ਦਿੰਦੀ ਏ ਜਿੱਥੇ ਉਹ ਬੰਦਾ ਉਸ ਮੌਕੇ ਨੂੰ ਅਵੇਲ ਕਰ ਲੈਂਦਾ ਤਾਂ ਕੁਦਰਤ ਕਹਿੰਦੀ ਲਾ ਤੂੰ ਮੇਰੀ ਗੱਲ ਨਾਲ ਵਫਾ ਕੀਤੀ ਹੈ ਮੈਂ ਤੇਰੇ ਨਾਲ ਵਫਾ ਕਰਾਂਗੀ that is blessing as i understand but bani says to us maharaj bayan kar de gur ka shabad banawo eh man gur ka darshan sancho har tan ਇਦੇ ਚ ਹਰ ਤਾਂ ਨਿਆ ਫਿਰ ਫਿਰ ਇੱਕ ਹਿਊਮਨ ਟੈਂਡੈਂਸੀ ਬਿਲਡ ਹੁੰਦੀ ਅੰਦਰ ਉਹ ਪਤਾ ਕੀ ਹੁੰਦੀ ਹੈ ਊਤਮ ਮਤ ਮੇਰੇ ਹਿਰਦੈ ਤੂੰ ਆਓ ਬੰਦਾ ਆਪਣੇ ਮਨ ਦੇ ਤੇ ਆਪਣੇ ਦਿਮਾਗ ਦੇ ਦਰਵਾਜੇ ਖੋਲ ਦਿੰਦਾ ਤੇ ਖੋਲਦਾ ਕਾਦੇ ਵਾਸਤੇ ਹੈ ਊਤਮ ਮਤ ਐਨੀ ਸੋਰਟ ਆਫ ਸਪੀਰੀਅਰ ਵਿਜ਼ਡਮ ਸਪੀਰੀਅਰ ਥੌਟਸ ਪਲੀਜ਼ ਯੂ ਆਰ ਮੋਰ ਦਨ ਵੈਲਕਮ ਫॉर ਮੀ ਕਮ ਐਨੀ ਟਾਈਮ i'm always ready to grab wiser things i'm always ready to get any sort of intellectual thing ajda roop ya edi fir nishani ki hai edi nishani eh hai banda kitabaan padan to parhezgar nahi hunda banda wiser sangat ch participate karn to parhezgar nahi hunda te jadon banda wiser and more than wiser hon wale passe vadhe fir bani vargi rachnao to door nahi rehndi ਪਰ ਜੇ ਬਾਣੀ ਪੜਦਾ ਸੁਣਦਾ ਨੂੰ ਲੱਗਦਾ ਉਹ ਬਾਬਾ ਇਸ ਤੋਂ ਘਟ ਪੜਾਂਗਾ ਤੇ ਲਾਈਫ ਡੈਫੀਨਿਟਲੀ ਛੋਟਾ ਹੋ ਜਾਗਾ ਆਹੀ ਪੜਾਂ ਮੈਂ ਇਹਦੇ ਨਾਲ ਹੀ ਜੁੜ ਜਾਵਾਂ ਪਰ ਇਹ ਸਮਝ ਦੀ ਦੁਨੀਆ ਚ ਜਦੋਂ ਚ ਕੁਝ ਗ੍ਰੈਬ ਕਰਨ ਲੱਗ ਜੇ ਬੰਦਾ ਚੋਗਾ ਚੁਗਣ ਲੱਗ ਜੇ ਕੀ ਆ ਉਤਮ ਮਤ ਮਿਰਰ ਦੇ ਤੂੰ ਆਓ ਧਿਆਉ ਗਾਉ ਗੁਣ ਗੋਬਿੰਦਾ ਜਾਚ ਬਣ ਜਾਏ ਇੱਕ ਵੇ ਆਫ ਲਾਈਫ ਜਿਹਨੂੰ ਕਹਿੰਨੇ ਆ ਸੀ ਕਿ ਇੱਕ ਜ਼ਿੰਦਗੀ ਦਾ الزاويه ਬਣ ਜਾਏ ਜਿਹੜਾ ਜ਼ਿੰਦਗੀ ਜੀਣ ਦਾ ਢੰਗ ਤਰੀਕਾ ਹੈ ਨਾ ਸਲੀਕਾ ਹੋਇਆ ਸਾਬ ਬਣ ਜਾਏ ਕਿ ਧਿਆਉ ਗਾਉ ਗੁਣ ਗੋਬਿੰਦਾ ਪੈਰ ਪੈਰ ਤੇ ਰੱਬਾ ਤੇਰਾ ਧਿਆਨ ਰਹੇ ਤੈਨੂੰ ਗਾਉਂਦਿਆਂ ਹੋਇਆਂ ਜੀਵਨ ਬਤੀਤ ਹੋਏ ਤੇਰਾ ਹੀ ਅਹਿਸਾਸ ਸੁਰਤ ਧਿਆਉ ਗਾਉ ਗੁਣ ਗੋਬਿੰਦਾ ਅਤਪ੍ਰੀਤਮ ਮੋਹ ਲੱਗੇ ਨਾ ਜਿਸ ਨਾਲ ਅਤ ਦੀ ਪ੍ਰੀਤ ਬਣ ਜਾਏ ਰੱਬ ਦਾ ਨਾਮ ਹੋਏ ਬਸ ਇੰਜ ਲੱਗੇ ਬਸ ਇਹੀ ਇਹ ਸਭ ਤੋਂ ਵੱਡਾ ਖਜ਼ਾਨਾ ਆ ਇਹ ਹੈ ਸੂਮਤ ਇਹ ਹੈ ਅਸਲ ਮਤ ਤੇ ਜੇ ਇਹ ਨਾ ਆਵੇਗੀ ਤੇ ਮਨ ਮਨ ਫਿਰ ਕੁਮਤ ਲਏਗਾ ਤੇ ਕੁਮਤ ਦਾ ਆਪਣਾ ਇੱਕ ਆਪਣਾ ਬਵੰਡਰ ਹੈ ਉਹਦਾ ਇੱਕ ਆਪਣਾ ਬੜਾ ਵੱਡਾ ਅਲ੍ਹਾਮਤ ਆ ਬਾਬਾ ਜੀ ਨੇ ਉਹਦਾ ਇੱਕ ਰੰਗ ਇੱਥੇ ਬਿਆਨ ਕੀਤਾ ਮਨ ਰੇ ਕੌਨ ਕੁਮਤ ਤੈ ਲੈਨੀ ਕੀ ਕੁਮਤ ਲੈ ਲਈ ਪਰਦਾਰਾ ਨਿੰਦਿਆ ਰਸ ਰਚਿਓ ਪ੍ਰਾਇਆ ਤਨ ਪ੍ਰਾਇਆ ਧਨ ਇਹ ਬੜਾ ਅਪੀਲ ਕਰਦਾ ਇਹਨੂੰ ਇਹਨੂੰ ਇਹਦੇ ਬਾਰੇ ਸੋਚ-ਸੋਚ ਕੇ ਇਸ ਤਰੀਕੇ ਰਸ ਲੈਂਦਾ ਪਰਦਾਰਾ ਨਿੰਦਿਆ ਕਿਸੇ ਦੀ ਦੁਖ ਦੇਖਿਆ ਉਸ ਦੁਖ ਨੂੰ ਵਾਰ-ਵਾਰ ਜਿਹੜਾ ਹੈਗਾ ਸੁਣਿਆ ਰਬੀਟ ਕੀਤਾ ਬੋਲਿਆ ਖੁਸ਼ੀ ਲਈ ਆਹਾ ਇਹ ਚੀਜ਼ ਇਹਦੇ ਚ ਗਵਾਚ ਗਿਆ ਪਰਦਾਰਾ ਨਿੰਦਿਆ ਰਸ ਰਚਿਓ ਇਸ ਰਸ ਚ ਰਚ ਗਿਆ ਰਾਮ ਭਗਤ ਨੇ ਕੀਨੀ ਫਿਰ ਇਹੋ ਜਿਹਾ ਸ਼ਖਸ ਨਾ ਹੋ ਜੇ ਬਸ਼ਰ ਨੂੰ ਕਹੋ ਰੱਬੀ ਭਗਤੀ ਭਈ ਉਹਦਾ ਤਰਾਸੀ ਨਹੀਂ ਉਹਦੇ ਵਾਸਤੇ ਉਹ ਤੇ ਬੜੀ ਬੇਰਸੀ ਚੀਜ਼ ਹੈ ਜਿਹੜੇ ਇਹੋ ਜਿਹਾ ਸੰਜੀਵਨ ਜਾਂਚ ਦੇ ਰੰਗ ਚ ਗਵਾਚ ਗਿਆ ਉਸ ਨੂੰ ਭਗਤੀ ਦੇ ਰਸ ਦਾ ਕੀ ਪਤਾ ਰਹਾ ਬਚਣਾ ਮੁਕਤ ਪੰਥ ਜਾਣਿਓ ਤੈ ਨਾ ਹਨ ਤਨ ਜੋਰਨ ਕੋ ਤਾਇਆ ਤਨ ਜੋਰਨ ਕੋ ਤਾਇਆ ਦੇਖੋ ਤਨ ਕਮਾਉਣ ਵਾਲੀ ਚੀਜ਼ ਅਤੇ ਕਮਾਉਣੀ ਪੈਂਦੀ ਹੈ ਤੇ ਕਮਾਉਣੀ ਚਾਹੀਦੀ ਹੈ ਬਾਬਾ ਜੀ ਕਹਿੰਦੇ ਨੇ ਵਾਰ-ਵਾਰ ਕਹਿੰਦੇ ਨੇ ਤਨ ਕਮਾਓ ਸੰਭਾਲੋ ਇਸਤੇਮਾਲ ਕਰੋ ਇਹ ਜੀਵਨ ਆ ਪਰ ਇੱਕ ਚੀਜ਼ ਇਹਤੇ ਰੱਖਿਆ ਜੇ ਇਹ ਤਨ ਇਸਤੇਮਾਲ ਕਰਕੇ ਗੁਜਰਾਨ ਦੇ ਰੂਪ ਦੇ ਵਿੱਚ ਕਮਾ ਕੇ ਅਲਟੀਮੇਟਲੀ ਇੱਕ ਦਿਨ ਛੱਡ ਜਾਣਾ ਹੈ ਇਹਦੇ ਤੋਂ ਇੱਕ ਡਿਟੈਚਮੈਂਟ ਉਹ ਬਣਾਉਣ ਦੀ ਜਾਂਚ ਵੀ ਆਉਣੀ ਚਾਹੀਦੀ ਹੈ ਅਦਰਵਾਈਜ਼ ਸਾਰੀ ਉਮਰ ਬੰਦਾ ਇਸੇ ਚੀਜ਼ ਨੂੰ ਸਮਰਪਿਤ ਕਰ ਦਿੰਦਾ ਤੇ ਅਖੀਰ ਅਖੀਰ ਇਹ ਸਾਰੀ ਢੇਰੀ ਲੱਗੀ ਹੋਈ ਛੱਡ ਕੇ ਚੱਲੇ ਜੁਵਾਰੀ ਦੁਇ ਕਰਚਾਰ ਸਾਰਾ ਕੁਝ ਹੱਥ ਛਾੜ ਕੇ ਫਿਰ ਵਿਦਾ ਹੋ ਜਾਂਦਾ ਫਿਰ ਲੱਗਦਾ ਕਿ ਬਣ ਗਿਆ ਬਾਬਾ ਜੀ ਕਹਿੰਦੇ ਇਹ ਤੂੰ ਸਮਝਿਆ ਹੀ ਨਹੀਂਗਾ ਮੁਕਤ ਪੰਥ ਜਾਣਿਓ ਤੈ ਨਾ ਹਨ ਮੁਕਤੀ ਦਾ ਰਾਹ ਤੂੰ ਜਾਣੇ ਨਹੀਂ ਮੁਕਤੀ ਦਾ ਰਾਹ ਹੈ ਇਹ ਸਭ ਆਰ ਸੰਸਾਰ ਕਮਾ ਕੇ ਆਖਰਕਾਰ ਇੱਕ ਦਿਨ ਵਿਦਾ ਵੀ ਹੋਣਾ ਉਹਦੀ ਸੋਚ ਬਿਲਡ ਕਰ ਲੈਣੀ ਇਨ ਟਾਈਮ ਡਿਟੈਚਮੈਂਟ ਆਪਣੇ ਆਪ ਨੂੰ ਇਸ ਤੋਂ ਜੁਦਾ ਕਰ ਲੈਣਾ ਮੰਨ ਲੈਣਾ ਆਖਰਕਾਰ ਇਸ ਸੰਸਾਰ ਵਿੱਚ ਆਇਆ ਸੀਗਾ ਇੱਕ ਜਰਨੀ ਸੀ ਜਰਨੀ ਇੱਕ ਦਿਨ ਪੂਰੀ ਹੋਣੀ ਆਮ ਗਨ ਲੀਵ ਐਸ ਇਟ ਇਜ਼ ਦੁਨੀਆ ਮੇਰੇ ਤੋਂ ਪਹਿਲਾਂ ਵੀ ਸੀ ਮੇਰੇ ਤੋਂ ਬਾਅਦ ਵੀ ਹੋਏਗੀ ਮੇਰਾ ਇੱਕ ਸਫ਼ਰ ਮੁੱਕ ਜਾਣਾ ਹੈ ਇਹ ਸਮਝ ਆ ਜਾਇਆ ਇਹ ਅਸਲ ਵਿੱਚ ਰੂਹਾਨੀ ਗਿਆਨ ਆ ਜਿਹਨੂੰ ਅਸੀਂ ਸਪਿਰਚੁਅਲ ਇਨਲਾਈਟਮੈਂਟ ਕਹਿੰਦੇ ਆ ਰੋਸ਼ਨ ਦਿਮਾਗ ਹੋ ਜਾਏ ਬਾਬਾ ਜੀ ਕਹਿੰਦੇ ਇਹਦੇ ਵੱਲ ਤੇ ਧਿਆਨ ਹੀ ਨੇਗਾ ਗਵਾਸ਼ ਤੇ ਗਿਆ ਬੰਦੇ ਨੂੰ ਅਲਟੀਮੇਟ ਜ਼ਿੰਦਗੀ ਦਾ ਗੋਲ ਇਹ ਲੱਗਦਾ ਹੈ ਕਿ ਜਸਟ materialistic and worldly achievements is my ultimate goal as long as i'm getting success in that i'm very happy wherever i feel any sort of hurdle that is actually big trouble for me and people use their prayers their religious exercises just for what to have more worldly success in their lives they use it they never use it to get some sort of enlightenment, which they can actually uh, develop in sort of a wisdom, and that wisdom can help them to make a detachment toward this world. Pabadi is saying, You are not doing any effort toward this exercise or toward this kind of aim. So that's why Muktapantha Janyo Tainahan. ਸਨ ਜੋਰਨ ਕੋਤਾ ਆ ਇੱਕੋ ਹੀ ਜਾਂਚ ਦੇ ਉੱਤੇ ਇੱਕੋ ਹੀ ਚੀਜ਼ ਦੇ ਉੱਤੇ ਤੂੰ ਲਗਾਤਾਰ ਭੱਜ ਰਿਹਾ ਹੈਗਾ ਅੰਤ ਸੰਕਾਹੂ ਨਹੀਂ ਦੇਣਾ ਬਿਰਥਾ ਆਪ ਬੰਧਾਇਆ ਐਂਡ ਐਟ ਦ ਐਂਡ ਕਿਸੇ ਚੀਜ਼ ਨੇ ਵੀ ਨਾਲ ਨਹੀਂ ਜਾਣਾ ਕਿਸੇ ਚੀਜ਼ ਨੇ ਨਾਲ ਨਹੀਂ ਨਿਭਣਾ ਅਕਸਰ ਅਸੀਂ ਕਈ ਵਾਰੀ ਬਾਤ ਕਰਦੇ ਆ ਲਿਟਰੇਚਰ ਦੇ ਬੜੇ ਪੀਸਸ ਵੱਖਰੇ ਵੱਖਰੇ ਰੂਪ ਵਿੱਚ ਮਿਲਦੇ ਨੇ ਸਿੱਖੀ ਆਸ਼ੇ ਮੁਤਾਬਕ ਤੇ ਸੁਰਗ ਨਰਕ ਤੇ ਅਸੀਂ ਬਲੀਵ ਨਹੀਂ ਕਰਦੇ ਜੋ ਸਵਰਗ ਨਰਕ ਅਸੀਂ ਇੱਥੋਂ ਕਮਾ ਕੇ ਇੱਥੋਂ ਹੰਡਾ ਕੇ ਲੈ ਕੇ ਜਾਣਾ ਇਸ ਤੋਂ ਬਾਅਦ ਵਾਲਾ ਸਵਰਗ ਨਰਕ ਉਹ ਕਿਸੇ ਨੇ ਵੇਖਿਆ ਨਹੀਂਗਾ ਨਾ ਕਿਸੇ ਨੇ ਬੌੜ ਕੇ ਆ ਕੇ ਦੱਸਿਆ ਹੈ ਬਾਬਾ ਜੀ ਕਹਿੰਦੇ ਇੱਥੋਂ ਹੀ ਕਮਾਓ ਪਰ ਇੱਕ ਵੱਡਾ ਹਿੱਸਾ ਹੈ ਰਿਲੀਜੀਅਸ ਵਰਲਡ ਦਾ ਜਿਹੜਾ ਵਿੱਚ ਬਹੁਤ ਬਲੀਵ ਕਰਦਾ ਆ ਤੇ ਉਹਨਾਂ ਦੀ ਜੇ ਤੁਸੀਂ ਸਵਰਗ ਦੀ ਡਿਸਕ੍ਰਿਪਸ਼ਨਸ ਪੜੋਗੇ ਬਹਿਸ਼ਤ ਦੀ ਜਿਹੜਾ ਉਹ ਪੈਰਾਡਾਈਸ ਆ ਜਿਸ ਨੂੰ ਹੈਵਨ ਕਹਿੰਦੇ ਨੇ ਤਨ ਕਈ ਵਾਰੀ ਬੜੀਆਂ ਚੀਜ਼ਾਂ ਹਾਸੋ ਹੀਣੀਆਂ ਵੀ ਲੱਗਦੀਆਂ ਨੇ ਪਰ ਕਈ ਵਾਰੀ ਲੱਗਦਾ ਹੈ ਕਿ ਬੰਦੇ ਨੂੰ ਸਮਝਾਉਣ ਵਾਸਤੇ ਸ਼ਾਇਦ ਇਹ ਕਹਾਣੀਆਂ ਲਿਖੀਆਂ ਗਈਆਂ ਨੇ ਖਰ ਕਹਾਣੀ ਮੈਂ ਪੜ੍ਹੀ ਇਹ ਪ੍ਰੀ ਬਿਬਲੀਕਲ ਸਟੋਰੀਜ਼ ਦੇ ਵਿੱਚ ਇੱਕ ਸਟੋਰੀ ਹੈ ਬੜੀ ਉਹਨਾਂ ਦੇ ਲਿਟਰੇਚਰ ਚ ਪੜ੍ਹੀ ਪੜਾਈ ਵੀ ਜਾਂਦੀ ਹੈ ਉਹਦੇ ਚ ਇਹ ਹੋਇਆ ਕਿ ਇੱਕ ਸ਼ਖਸ ਬੜਾ ਮੁਸਲਿਮ ਜੋ ਉਹਨਾਂ ਦਾ ਧਰਮ ਦਾ ਤਰੀਕਾ ਸੀਗਾ ਉਹਦੇ ਚ ਆਪਣੇ ਆਪ ਨੂੰ ਬੜਾ ਇਨਵੋਲ ਰੱਖਿਆ ਅਲਟੀਮੇਟਲੀ ਕੀ ਹੋਇਆ ਕਿ ਜਿਹੜੇ ਫਰਿਸ਼ਤੇ ਸੀਗੇ ਐਂਜਲਸ ਦੇ ਕੇਮ ਟੂ ਗੈਟ ਹਿਮ ਫੋਰ ਹੈਵਨ ਓਨ ਥਿਸ ਅਰਥ ਜਿਸ ਦਿਨ ਆਏ ਤੇ ਉਹ ਕਹਿੰਦੇ ਵੀ ਚੱਲ ਪਈ ਹੁਣ ਤੈਨੂੰ ਅਸੀਂ ਸਵਰਗ ਲੈ ਕੇ ਜਾਣਾ ਉਹ ਕਹਿੰਦੇ ਠੀਕ ਹੈ ਭਾਈ ਤੇ ਤੁਸੀਂ ਮੈਨੂੰ ਲੈਣ ਆਏ ਵੀ ਚੰਗੀ ਗੱਲ ਹੈ ਬਟ ਯੂ نو ਕੁਝ ਸਮਾਨ ਮੈਂ ਨਾਲ ਲੈ ਕੇ ਜਾਣਾ ਉਹ ਕਹਿੰਦੇ ਨਹੀਂ ਨਹੀਂ ਲੋੜ ਹੀ ਨਹੀਂ ਸਵਰਗ ਆ ਉੱਥੇ ਹਰ ਚੀਜ਼ ਉੱਥੇ ਅਵੇਲੇਬਲ ਹੈ ਉਹ ਕਹਿੰਦੇ ਨਹੀਂ 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 ਫਿਰ ਮੇਰਾ ਕੀ ਮੈਂ ਇਨਾ ਧਰਮ ਕਰਮ ਕਮਾਇਆ ਮੈਨੂੰ ਤਾਂ ਕੁਝ ਬੈਨੀਫਿਟ ਤੇ ਮਿਲਣਾ ਚਾਹੀਦਾ ਨਾ ਕੁਝ ਤੇ ਮੇਰੇ ਵਾਸਤੇ ਐਕਸਟਰਾ ਤੁਹਾਨੂੰ ਕਰਨਾ ਚਾਹੀਦਾ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਅਥਾਰਟिटीज ਨੂੰ ਉਹਨਾਂ ਨੇ ਉੱਤੇ ਪੁੱਛਿਆ ਅਥਾਰਟिटीज ਨੇ ਕਹਿਤਾ ਵੀ ਹਾਂ ਮੈਨੂੰ ਵਾਸਤੇ ਕੁਝ ਭਾਈ ਇਹਨੂੰ ਜਿਹੜਾ ਹੈਗਾ ਅ ਐਕਸਟਰਾ ਜਿਹੜਾ ਹੈਗਾ ਅਲਾਉ ਕਰਤਾ ਜਾਏ ਠੀਕ ਹੈ ਜੀ ਉਸਨੇ ਆਪਣੇ ਕੁਝ ਦੋ ਤਿੰਨ ਟੈਚੀ ਸੀ ਉਹ ਫ੍ਰਿਸ਼ ਤਿਆਨੂ ਚਕਾ ਲੈ ਪਿਆ ਚੱਕ ਲੋ ਨਾਲ ਲੈ ਲੈ ਜਦੋਂ ਟੈਚੀ ਲੈ ਕੇ ਬਿਲਕੁਲ ਕਹਿ ਲੋ ਕਿ ਮੇਨ ਗੇਟ ਤੇ ਪਹੁੰਚੇ ਤੇ ਉੱਥੇ ਹੁਣ ਸਿਕਿਉਰਿਟੀ ਚੈੱਕ ਜਿਵੇਂ ਮਤਲਬ ਆਮ ਕਰਕੇ ਅਸੀਂ ਦੁਨੀਆ 'ਚ ਦੇਖਦੇ ਹਾਂ ਇਸ ਤਰੀਕੇ ਦਾ ਸਿਕਿਉਰਿਟੀ ਚੈੱਕ ਵਾਲੇ ਕੇ ਖੜੇ ਸੀ ਕਹਿੰਦੇ ਵੀ ਵਾਕਈ ਠੀਕ ਹੈ ਵਾ ਟੈਚੀ ਕੀ ਹੈ ਕਹਿੰਦੇ ਕਿ ਜੇ ਇਹ ਮੇਰਾ ਸਮਾਨ ਹੈ ਮੈਂ ਬੜੀ ਮਿਹਨਤ ਕਰਕੇ ਕਮਾਇਆ ਇਸ ਕਰਕੇ ਨਾਲ ਲੈ ਕੇ ਚੱਲਾਂ ਉਹ ਕਹਿੰਦੇ ਅੱਛਾ ਉਹ ਟੈਚੀ ਖਲਾਏ ਉਹ ਕਹਿੰਦੇ ਉਹ ਤੇ ਠੀਕ ਹੈ ਪਰ ਤੂੰ ਆਹ ਆ ਲੱਕੜ ਕਿਉਂ ਨਾਲ ਚੱਕੀ ਫਿਰਦਾ ਉਹ ਕਹਿੰਦਾ ਲੱਕੜ ਉਹ ਕਹਿੰਦਾ ਹਾਂ ਕਹਿੰਦਾ ਹਲੇ ਜਨਾ ਤੁਸੀਂ ਸਵਰਗ ਦੇ ਲੋਕ ਤੁਹਾਨੂੰ ਪਤਾ ਨਹੀਂ ਕਹਿੰਦਾ ਲੱਕੜ ਨਹੀਂ ਸੋਨਾ ਆ ਸੋਨਾ ਬਹੁਤ ਮਹਿੰਗਾ ਆ ਬਹੁਤ ਕੀਮਤੀ ਆ ਉਹ ਕਹਿੰਦਾ ਉਹ ਠੀਕ ਹੈ ਮੈਂ ਸਮਝਦਾ ਦੁਨੀਆਦਾਰਾਂ ਵਾਸਤੇ ਹੋਏਗੀ ਜੀ ਪਰ ਸਾਡੀ ਜਿਹੜੀ ਜਿਹੜੀ ਹੈਗੀ ਏ ਸਵਰਗ ਆ ਇਹਦੇ ਤੇ ਬੂਟੇ ਸਾਰੇ ਇਹਦੇ ਨੇ ਸਾਰੀ ਬਨਸਪਤੀ ਉਹ ਕਹਿੰਦੇ ਸੱਚੀ ਕਹਿੰਦਾ ਕਹਿੰਦੇ ਮੈਂ ਚੱਕੀ ਫਿਰਦਾ ਤੂੰ ਉਹਨਾਂ ਨੇ ਸਮਝਾਇਆ ਆਪਣੇ ਜ਼ਮਾਨੇ ਦੇ ਵਿੱਚ ਕਿਆ ਜਿਹਦੇ ਮਗਰ ਤੋਂ ਤੁਰਿਆ ਫਿਰਦਾ ਹੈ ਤੇ ਸੁਰਗ ਚ ਆਮ ਹੈ ਲੱਕੜ ਲੱਕੜ ਤਰਾਂ ਤੁਰਿਆ ਫਿਰਦ ਬਰਖ ਸਾਰੇ ਸੋਨੇ ਦੇ ਨੇ ਉੱਥੇ ਮਤਲਬ ਮੌਲਿਕ ਰੂਪ ਵਿੱਚ ਬੰਦੇ ਨੂੰ ਅਹਿਸਾਸ ਕਰਵਾਇਆ ਗਿਆ ਬੰਦੇ ਕੁਛ ਉਹ ਕਮਾ ਜਿਹੜਾ ਨਾਲ ਨਿਬਣ ਵਾਲਾ ਆ ਨਾਲ ਨਿਬਣ ਵਾਲਾ ਕੀ ਹੈ ਚੰਗਿਆਈਆਂ ਅਛਿਆਈਆਂ ਆਲੇ ਦੁਆਲੇ ਦੀਆਂ ਸ਼ੋਭਨੇਕ ਦੁਆਵਾਂ ਇਹਦੇ ਤੇ ਫੋਕਸ ਕਰ ਇਹ ਖੱਟੀ ਹੈ ਇਹ ਹਾਲ ਹੈ ਇਕਮਾ ਅਦਰਵਾਈਜ਼ ਸਿਰਫ ਜੇ ਤੂੰ ਇਹ ਕਹੇਗਾ ਨਾ ਕਿ ਮੈਂ ਧਾਨੀ ਧਨ ਧਾਨੀ ਧਨ ਇਕੱਠਾ ਕਰੀ ਜਾ ਬਾਬਾ ਜੀ ਕਹਿੰਦੇ ਅੰਤ ਸੰਕਾਹੋਂ ਨਹੀਂ ਦੇਣਾ ਅਖੀਰ ਇਹ ਜੋ ਕੋਈ ਸੰਗੀ ਨਹੀਂ ਗਾ ਬਿਰਥਾ ਆਪ ਬੰਧਾਇਆ ਉਹ ਬੇਰਥ ਆਪਣੇ ਆਪ ਲੱਗੇਗਾ ਮੈਂ ਆਪਣੇ ਆਪ ਨੂੰ ਐਵੇਂ ਇਸ ਚੀਜ਼ ਨਾਲ ਐਸੋਸੀਏਟ ਕਰਕੇ ਰੱਖਿਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਜਿਹਦੇ ਉੱਤੇ ਬੰਦੇ ਨੂੰ ਬਹੁਤ ਐਮਫਸਾਈਜ਼ ਕਰਨ ਦੀ ਲੋੜ ਸੀਗੀ ਹਰੀ ਦਾ ਭਜਨ ਤੇ ਗੁਰਜਨ ਸੇਵਨ ਮਤਲਬ ਕਿ ਚੰਗੇਰਿਆਂ ਦੀ ਸੰਗਤ ਕਰੋਗੇ ਚੰਗੇਰਿਆਂ ਦੀ ਸੇਵਾ ਚ ਲੱਗੋਗੇ ਚੰਗਿਆਈਆਂ ਅਕਲ ਸੋਚੀ ਕਮਾ ਲੋਗੇ ਤੇ ਜੇ ਜਿਸ ਨੂੰ ਇੰਗਲਿਸ਼ ਲੈਂਗੁਏਜ ਸ਼ੈਡੋਇੰਗ ਕਹਿੰਦੇ ਆ ਏ ਵਨ ਇਜ਼ ਰੈਡੀ ਟੂ ਡੂ অর ਟੂ ਐਚਚੁਅਲੀ ਹੈਵ ਸ਼ੈਡੋਇੰਗ ਆਫ ਵਾਈਜ਼ਰ ਵਨਸ ਥੈਨ ਡੈਫੀਨਿਟਲੀ ਥੈਟ ਸ਼ੈਡੋ ਕੈਨ ਪ੍ਰੋਵਾਈਡ ਸਮ ਸੋਰਟ ਆਫ ਹਾਇਰ ਇੰਟੈਲੈਕਚੁਅਲ ਅਬਿਲਿਟੀ but if one is already actually having a mindset i don't need it i know i i know everything i am this kind this kind of arrogance is happening inside dhan babaji kende na har bhajyo na gurjan sevyo te e na karan de karke hovega ki na upajyo kach gyana phir kuch gyan te upajna hi ni andar english di saying hai garbage in garbage out ਵਧੀਆ ਤੋਂ ਵਧੀਆ ਸਵਿਸਟਿਕੇਟਡ ਵਧੀਆ ਮਸ਼ੀਨ ਲਿਆਓ ਤੁਸੀਂ ਜਿਹੜੀ ਬੜੀ ਵਧੀਆ ਮੈਨੂਫੈਕਚਰਿੰਗ ਕਰਨ ਵਾਲੀ ਹੋਏ ਕਿਸੇ ਚੀਜ਼ ਨੂੰ ਪਰ ਜਿਹੜਾ ਉੱਤੇ ਰਾ ਮਟੀਰੀਅਲ ਪਾਣਾ ਹੈ ਉਹੀ ਤੁਸੀਂ ਗਾਰਬੇਜ ਪਾ ਦਿਓ ਤੇ ਜਿਹੜਾ ਐਂਡ ਪ੍ਰੋਡਕਟ ਨਿਕਲੇਗਾ ਉਹ ਕਿ ਨਿਕਲੇਗਾ ਉਹ ਵੀ ਗਾਰਬੇਜ ਹੀ ਨਿਕਲੇਗਾ ਕਿਉਂਕਿ ਜੋ ਜੋ ਪਾਈ ਹੈ ਭਾਂਡੇ ਵਿੱਚ ਵਸਤ ਸਾਹ ਨਿਕਲਾ ਜਿਹੋ ਜੀ ਸੰਗਤ ਕਰਾਂਗੇ ਜਿਹੋ ਜੇ ਆਲੇ-ਦੁਆਲੇ ਦੇ ਵਿੱਚ ਰਵਾਂਗੇ ਉਹੋ ਜੀ ਸੁਰਤਿ ਉਹੋ ਜੇ ਗਿਆਨ ਆਵੇਗਾ ਅੰਦਰ ਇਹ ਬੰਦਾ ਕਹਿੰਦਾ ਮੈਂ ਆਪਣੇ ਅੰਦਰ ਨੂੰ ਬਦਲਣਾ ਹੈ ਭਈ ਬਾਹਰ ਬਦਲੋ ਸੰਗਤ ਬਦਲੋ ਮੇਲ ਮਲਾਪ ਚੰਗਿਆਂ ਨਾਲ ਕਰੋ ਸ਼ੋਭਨਿਕ ਜਗ੍ਹਾ ਤੇ ਜਾਓ ਸ਼ੋਭਨਿਕ ਲਿਟਰੇਚਰ ਪੜੋ ਇੱਕ ਐਸੀ ਦੁਨੀਆ ਨਾਲ ਜੁੜੋ ਜਿਹੜੀ ਦੁਨੀਆ ਤੁਹਾਨੂੰ ਕੁਝ ਗਿਆਨ ਰਿਫਲੈਕਟ ਕਰਾ ਸਕੇ ਮਹਾਰਾਜ ਕਹਿੰਦੇ ਤਾਂ ਕੰਮ ਕੀਤਾ ਹੀ ਨਹੀਂ ਨਾ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਹਰੀ ਦਾ ਭਜਨ ਕੀਤਾ ਨਾ ਗੁਰਜਨ ਸੇਵੇ ਨਾ ਉਪਜੋ ਕਛ ਗਿਆਨਾਂ ਤੇ ਉਹਦੇ ਕਰਕੇ ਫਿਰ ਗਿਆਨ ਤੇ ਕੋਈ ਪੈਦਾ ਹੀ ਨਾ ਹੋਇਆ ਸੋਜੀ ਤੇ ਕੋਈ ਆਈ ਨਹੀਂ ਬੰਦਾ ਕੀ ਕਰ ਰਿਹਾ ਹੈ ਮਹਾਰਾਜ ਕਹਿੰਦੇ ਘਟ ਹੀ ਮਾਹੇ ਨਿਰੰਜਨ ਤੇ ਰਹਿ ਤੈਂ ਖੋਜਤ ਉਧਿਆਨਾ ਘਟ ਹੀ ਮਾਹੇ ਨਿਰੰਜਨ ਤੇ ਰਹਿ ਰੱਬ ਨੂੰ ਕਿਆ ਕਹੇ ਨਿਰੰਜਨ ਅੰਜਨ ਕਹਿੰਦੇ ਨੇ ਮਾਇਆ ਨੂੰ ਮਾਇਆ ਰਹਿਤ ਜੋ ਹੈ ਪਰ ਬੰਦਾ ਉਹਨੂੰ ਉਧਿਆਨ ਜੰਗਲ ਚ ਲੱਭ ਰਿਹਾ ਤੈਂ ਖੋਜਤ ਉਧਿਆਨਾ ਅੱਜ ਵੀ ਹੈ ਘਰਬਾਰ ਛੱਡ ਕੇ ਸੰਸਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਬੰਦਾ ਜੰਗਲ ਬੇਲਿਆਂ ਚ ਤੁਰ ਜਾਂਦਾ ਹੈ ਹਾਂ ਪੁਰਾਣੇ ਸਮੇਂ ਜੰਗਲ ਬੇਲੇ ਸਿਰਫ ਦਰਖਤ ਤੇ ਬਨਸਪਤੀ ਦੇ ਹੁੰਦੇ ਸੀ ਅੱਜ ਕੱਲ ਜੰਗਲ ਥੋੜੇ ਬਦਲ ਕੇ ਨੇ ਕੰਕਰੀਟ ਦੇ ਜੰਗਲ ਆ ਡੇਰੇ ਵਗੈਰਾ ਸਾਧਾਂ ਦੇ ਇਹ ਸਭ ਕੁਝ ਬਹੁਤ ਐਸੀ ਕਿਸਮ ਦੇ ਜਿਹੜਾ ਲੋਕਾਂ ਨੂੰ ਕਹਿੰਦੇ ਅਸੀਂ ਤਿਆਗ ਸਿਖਾਵਾਂਗੇ ਤੁਹਾਨੂੰ ਤਿਆਗੀ ਹੋਣ ਦਾ ਮਤਲਬ ਸੰਸਾਰ ਨੂੰ ਇਨੀਸ਼ੀਅਲ ਸਟੇਜ ਤੇ ਰਿਨੌਂਸ ਕਰਨਾ ਨਹੀਂਗਾ ਬਲਕਿ ਤਿਆਗੀ ਹੋਣ ਦਾ ਮਤਲਬ ਹੈ ਮਨ ਦੀ ਦੁਨੀਆ ਦੇ ਵਿੱਚੋਂ ਸੰਸਾਰ ਦੀ ਪਕੜ ਦਾ ਤਿਆਗ ਕਰਨਾ ਰਹਿਣਾ ਤੇ ਸੇ ਦੁਨੀਆ ਦੇ ਵਿੱਚ ਆ ਕੋਈ ਰੀਨੌਂਸ ਵੀ ਕਰ ਜੇ ਸੰਸਾਰ ਆਮ ਰੀਨੌਂਸਿੰਗ ਮਾਈ ਫੈਮਿਲੀ ਲਾਈਫ ਆਮ ਰੀਨੌਂਸਿੰਗ ਮਾਈ ਐਚੁਅਲੀ ਹਾਊਸਹੋਲਡ ਐਂਡ ਏਵਰੀਥਿੰਗ ਬਟ ਸਟਿਲ that individual needs some food some other items to live in this world ਉਹ ਕਿਥੋਂਣ ਗਿਆ ਉਹ ਵੀ ਤਾਂ ਕੋਈ ਕਿਤਨਾ ਕਿਥੋਂਣ ਗਿਆ ਨਾ ਫਿਰ ਫਿਰ ਕਿਉਂ ਨਾ ਇਹ ਕੀਤਾ ਜਾਏ ਵੀ ਕਮਾਏ ਬੰਦਾ ਆਪਣੇ ਤਰੀਕੇ ਨਾਲ ਆਪਣਾ ਵਟਵਾਰਨ ਕਰੇ ਸੰਸਾਰ ਦੇ ਵਿੱਚ ਉਸ ਨੂੰ ਖਰਚ ਕਰੇ ਪਰ ਇਹ ਸੋਚ ਰੱਖੇ ਵੀ ਜਸਟ ਇਸ ਜੀਵਨ ਦਾ ਮਕਸਦ ਅਲਟੀਮੇਟਲੀ ਸਿਰਫ ਇਹ ਜਿਹੜਾ ਹੈਗਾ ਅੰਬਾਰ ਲਾਉਣਾ ਨਹੀਂ ਗਤਨ ਦੇ ਨਾ ਜੀਵਨ ਦਾ ਮਕਸਦ ਹੈ ਆਪਣੇ ਆਪ ਨੂੰ ਕਿਸੇ ਦੀ ਮਦਦ ਵਾਸਤੇ ਲਾਉਣਾ ਆਪਣੇ ਆਪ ਨੂੰ ਗੁਣ ਕਮਾਉਣ ਵਾਸਤੇ ਲਾਉਣਾ ਤੇ ਰੱਬ ਦੇ ਪੈ ਭਾਵ ਵਿੱਚ ਜੀਣਾ ਇਥੋਂ ਮਤ ਆਉਂਦੀ ਹੈ ਮਹਾਰਾਜ ਬਿਆਨ ਕਰਦੇ ਇਹਦੇ ਨਾਲ ਫਿਰ ਇੱਕ ਸਮਝ ਵੀ ਡਿਵੈਲਪ ਹੋ ਜਾਂਦੀ ਘਟ ਹੀ ਮਾਹੇ ਨਿਰੰਝਨ ਤੇ ਰਹੇ ਇਸ ਹਿਰਦੇ ਘਰ ਦੇ ਵਿੱਚ ਉਹ ਨਿਰੰਝਨ ਉਹ ਪਰੀਪੂਰਣ ਉਹਦੀ ਸੁਰਤ ਆ ਜਾਂਦੀ ਹੈ ਦੈ ਖੋਜਤ ਉਧਿਆਨਾ ਬਹੁਤ ਜਨਮ ਪਰਮਤ ਹੈ ਹਾਰਿਓ ਅਸਥਿਰ ਮਤ ਨਹੀਂ ਪਾਈ ਫਿਰ ਮਤ ਦੀ ਗੱਲ ਆ ਗਈ ਆਸਤੇ ਵਿੱਚ ਮਤਲਬ ਇਸ ਤਰ੍ਹਾਂ ਕਿਹਾ ਜਾਏ ਜੀਵਨ ਬਾ ਜੀਵਨ ਲਾਈਫ ਬਾ ਲਾਈਫ ਵੀ ਆਰ ਐਕਚੁਅਲੀ ਜਸਟ ਵਾਂਡਰਿੰਗ ਵੀ ਆਰ ਨੋਟ ਏਬਲ ਟੂ ਅਟੇਨ ਦ ਰੀਅਲ ਵਿਜ਼ਡਮ ਅਸਥਿਰ ਮਤ ਜਿਹੜੀ ਇੱਕ ਸਸਟੇਨ ਕਰ ਸਕੇ ਸਾਡੇ ਅਸਲ ਹੋਂਦ ਨੂੰ ਉਸ ਜੋਤ ਦੇ ਨਾਲ ਅਸੀਂ ਉਸ ਨੂੰ ਜਿਹੜਾ ਹੈਗਾ ਅਰਨ ਨਹੀਂ ਕਰ ਪਾ ਰਹੇ ਬਾਬਾ ਜੀ ਕਹਿੰਦੇ ਬਹੁਤ ਜਨਮ ਪਰਮਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰਪਜ ਨਾਨਕ ਬਾਤ ਬਤਾਈ ਹੈ ਨਾਨਕ ਹੈ ਇਹ ਕੰਮ ਦੀ ਗੱਲ ਸੁਣ ਲੈ ਜੇ ਮਾਨਸ ਦੀ ਦੇਹ ਹੀ ਮਿਲੀ ਆ ਤੇ ਇਹ ਪਦਵੀ ਨੂੰ ਇਸਤੇਮਾਲ ਕਰ ਭਜਨਬੰਦਗੀ ਚ ਪ੍ਰਾਪਤ ਕਰਕੇ ਭਜਨਬੰਦਗੀ ਚ ਆਪਣੇ ਆਪ ਨੂੰ ਲਗਾਉਣ ਵਾਸਤੇ ਸਾਬ ਰਹਿਮਤ ਕਰਨ ਸਾਡਾ ਮਨ ਵੀ ਗੁਰੂ ਕੇ ਸ਼ਬਦ ਦੇ ਵਿੱਚ ਪ੍ਰਵਿਰਤ ਹੋਏ ਚੰਗੇਰੀ ਮਤ ਤੇ ਉਚੇਰੀ ਮਤ ਇਹਦੇ ਨਾਲ ਇਹਦੀ ਸੰਗਣੀ ਬਣੇ ਤੇ ਤਾਂ ਕਿ ਜੀਵਨ ਦਾ ਅਸਲ ਆਸ਼ਾ ਅਸੀਂ ਕਮਾਣ ਦੇ ਕਾਬਿਲ ਹੋ ਸਕੀਏ ਇਨੀਆਂ ਬਿੰਦਿਆ ਨਾਲ ਹੀ ਖਿਮਾ ਇੱਥੇ ਇਸਮਾਪਨ ਕਰਦੇ ਆਂ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤ